ਅਤੇ ਗੱਲਬਾਤ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਤੁਰ ਗਏ ਜੀ, ਵੈਸੇ ਗਰਮੀ ਬਹੁਤ ਆ ਗਈ, ਕਹਿੰਦੇ ਸਿਆਸਤਦਾਨ ਵੀ ਮੁੜਕੋ ਮੁੜਕੀ ਕੀਤੇ ਪਏ ਗਰਮੀ ਨੇ ਮਿੰਟੂ ਜੀ, ਤੁਹਾਨੂੰ ਇਕੱਲਿਆਂ ਨੂੰ ਨਹੀਂ ਲੱਗੀ, ਸਿਆਸਤਦਾਨ ਵੀ ਕੋਈ ਗੋਲਗੱਪੇ ਖਾਂਦਾ ਫਿਰਦਾ, ਕੋਈ ਕਹਿ ਲਓ ਕਿ ਸ਼ਿਕੰਜਵੀ ਵਾਲੇ ਉਹਦੇ 'ਤੇ ਖੋਖੇ 'ਤੇ ਖੜਾ ਕਿਤੇ, ਵੀ ਯਾਰ ਪਿਆਜ਼ ਇੱਕ ਦਿਨ ਤਾਂ ਭਗਵੰਤ ਮਾਨ ਵੀ ਗੰਨੇ ਦਾ ਰਸ ਪੀਣ ਡਏ ਸੀਗੇ, ਮੈਂ ਕਿਹਾ ਲੱਗ ਹੀ ਗਰਮੀ ਇਹਨਾਂ ਨੂੰ, ਬੁਰੇ ਹਾਲ ਬੌਂਕੇ ਦਿਹਾੜੇ ਨੇ ਜੀ ਸਾਹਿਬ, ਇਹੋ ਜਿਹੇ ਕੰਮ 'ਚ ਇਹ ਆ ਕਿ ਇੱਕ ਤਾਂ ਵੋਟਾਂ ਮੰਗਣੀਆਂ ਜੀ, ਅਤੇ ਉੱਤੋਂ ਨੀਂਦ ਚੱਜ ਨਾਲ ਨਹੀਂ ਆਉਂਦੀ, ਤੀਜਾ ਇਹ ਆ ਕਿ ਲੋਕ ਕੰਨਾਂ 'ਚ ਕੁਝ ਨਾ ਕੁਝ ਕਹਿ ਦਿੰਦੇ, ਊਂ ਹੀ ਗਰਮੀ ਜ਼ਿਆਦਾ ਚੜ੍ਹ ਜਾਂਦੀ ਆ, ਆ ਹੋ ਗਿਆ। ਇੱਕ ਵਾਰ ਹੋਰ ਸੁਣਿਆ, ਉਹ ਕਹਿੰਦਾ ਜੀ ਕੀ ਕਰਿਆ, ਕਹਿੰਦਾ ਭੁੱਖ ਹੀ ਨਹੀਂ ਲੱਗਦੀ, ਲੋਕ ਚਾਹ ਪਿਆ ਪਿਆ ਕੀ ਕਹਿੰਦਾ ਦੱਬ ਦਿੰਦੇ ਕਿ ਲੀਡਰ, ਚਾਹ ਹੀ ਕਰੀ ਜਾਂਦੇ ਆ, ਚਾਹ ਪੀ ਪੀ ਕੇ ਲੀਡਰ ਆਫਰ ਜਾਂਦੇ ਆ। ਅੱਛਾ ਦੂਜਾ ਇਹ ਕਿ ਕੁਛ ਲੀਡਰਾਂ ਨੂੰ ਗਰਮੀ ਇਸ ਗੱਲੋਂ ਪੈਣ ਡਈ ਆ, ਭਗਵੰਤ ਮਾਨ ਕੂਣੀ ਮਾਰ ਕੇ ਉਹ ਜਿਹੜਾ ਉਹ ਰੱਥ ਜਿਹਾ ਬਣਾਇਆ ਇਹਨਾਂ ਨੇ ਗੱਡੀ ਦਾ, ਉਹਦੇ 'ਚੋਂ ਥੱਲੇ ਤਾਰ ਦਿੰਦਾ, ਉਹ ਇੱਕ MLA ਨੂੰ ਤਾਰਤਾ, ਇੱਕ ਹੈਗਾ ਕੌਣ ਕੌਣੀ ਸਾਹਿਬ ਕਿ ਕਿੱਥੋਂ ਦੇ ਆ, ਸ਼ਰਮਾ ਜੀ, ਸ਼ਰਮਾ ਜੀ, ਪ੍ਰਿਤਪਾਲ ਸ਼ਰਮਾ ਗਿੱਦੜਵੇ, ਉਹ ਦੇਖਿਆ ਤੁਸੀਂ ਕਿਵੇਂ ਘੂਰੀ ਵੱਟਦੇ ਆ, ਘੂਰੀ ਕਿ ਉਹਦੇ ਵੱਖੀ 'ਚ ਹੁਰਾ ਮਾਰਿਆ, ਮੈਨੂੰ ਲੱਗਦਾ ਵੱਖੀ 'ਚੋਂ ਸੁਰਾਖ ਨਾ ਕੱਢਤਾ ਹੋਵੇ ਜਿੱਡੀ ਤੇਜ਼ੀ ਨਾਲ ਮਾਰਿਆ, ਹੱਡ 'ਤੇ ਤਾਂ ਹੈਗੇ ਨੇ ਭਗਵੰਤ ਮਾਨ, ਕਿਹੜਾ ਸੂਮੋ ਭਲਵਾਨ ਨੇ, ਮੂੰਹ ਮਾਰਿਆ ਜ਼ੋਰ ਪਾਸੇ ਹੋ ਜਾ, ਇੱਕ ਨੂੰ ਸਕਿਉਰਟੀ ਤੋਂ ਲਈ ਹੋਊਗੀ ਮਾਨ ਸਾਹਿਬ ਨੇ, ਉਹ ਵੀ ਹਾਂ ਵੀ ਮਾੜਾ ਮੈਨੂੰ ਸਹੀ ਮਾਰਦੇ, ਜਿਵੇਂ ਪੱਤਰਕਾਰਾਂ ਦੇ ਨਹੀਂ ਮਾਰ ਦਿੰਦੇ ਸੀਗੇ, ਉਹ ਖੜੇ ਐਂ ਹੋ ਜਾ ਮਾਰਦੇ, ਆਪਾਂ ਮੁੱਖ ਮੰਤਰੀ ਵੇਲੇ ਉਦੋਂ ਬਾਅਦ ਸਰਕਾਰ, ਉਦੋਂ ਵੀਡੀਓ ਨਹੀਂ ਸੀ ਨਾ ਬਣਦੀਆਂ ਹੁੰਦੀਆਂ, ਉਹਨਾਂ ਨੇ ਐਂ ਮਾਰਨਾ ਜ਼ੋਰ ਦੀ ਬੰਦੇ ਦੇ ਤਰਾਹ ਕੱਢ ਦਿੰਦੇ ਸੀ, ਮੈਂ ਉਹਨਾਂ ਨੂੰ ਪਤਾ ਵੀ ਹੁੰਦਾ ਸੀ ਵੀ ਆਹ ਕੱਬਾ ਜਿਹਾ ਸਵਾਲ ਪੁੱਛੂ ਮਾੜਾ ਜਿਹਾ ਇਹਨੂੰ ਕਰੋ ਪਿੱਛੇ, ਹਾਂ ਜੀ ਉਹ ਫਿਰ ਐਂ ਅਰਕ ਮਾਰਦੇ, ਤਾਂ ਮਤਲਬ ਕਿ ਉਹਨਾਂ ਨੂੰ ਤਾਂ ਊਂ ਹੀ ਗਰਮੀ ਚੜ੍ਹੀ ਵੀ ਯਾਰ, ਸਾਡੇ ਤੋਂ ਕਸਰ ਕੀ ਰਹਿ ਗਈ, ਪਰ ਤੁਸੀਂ ਵੇਖੋ ਯਾਰ ਕੀ ਲੈਣਾ ਉਹਦੇ ਵਿੱਚ ਚੜ੍ਹ ਕੇ, ਗੱਡੀ ਅਰਗੀ ਗੱਡੀ ਆ ਵਿੱਚ ਉਹਨਾਂ ਨੇ ਮਘੋਰਾ ਜਿਹਾ ਕੱਢਿਆ ਫੁੱਲ, ਕੀ ਤੁਸੀਂ ਸਾਈਡ 'ਤੇ ਖਲੋ ਜਾਓ ਯਾਰ, ਕਿ ਕਿਹੜੀ ਪੱਗ ਨੂੰ ਪੈ ਜੇ ਯਾਰ, ਘਰ ਦੀ ਤੇਰੀ ਭਲਿਆ ਮਾਨਸ IAS ਹੈ ਸ਼ਾਇਦ, ਆਫਿਸਰ ਹੈ ਬੀਬੀ ਤੇਰੇ ਘਰ ਦੇ, ਹਾਂਜੀ PCS IAS ਸਰ ਨੂੰ, ਤੂੰ ਇਲੈਕਸ਼ਨ ਲੜਿਆ ਕੀ ਉੱਥੇ, ਕਿ ਉਹ ਵੀਡੀਓ ਉਹਨਾਂ ਦਾ ਵੀ ਰੌਲਾ ਪਿਆ ਸੀਗਾ ਬਠਿੰਡਾ ਦੇ ਵਿੱਚ ਜਦੋਂ ਐਫੀਡੇਵਿਟ ਨੂੰ ਲੈ ਕੇ, ਹਾਂਜੀ ਸੋ ਮੈਨੂੰ ਤਾਂ ਸਮਝ ਨਹੀਂ ਆਉਂਦੀ। ਅੱਛਾ ਗਰਮੀ ਦੀ ਗੱਲ ਹੋਰ ਸੁਣੋ, ਕਈ ਥਾਈਂ ਲੀਡਰਾਂ ਨੂੰ ਇਕੱਠ ਹੀ ਨਹੀਂ ਮਿਲ ਰਹੇ, ਅਤੇ ਦਿਹਾੜੀ 'ਤੇ ਬੰਦੇ ਲਿਆਉਣੇ ਪੈ ਰਹੇ, ਅਗਾਂਹ ਉਹਨਾਂ ਨੇ ਵੀ ਕਹਿਤਾ, ਉਹ ਕਹਿੰਦੇ ਬਈ ਇੰਨੀ ਗਰਮੀ 'ਚ ਨਾਅਰੇ ਲਾਉਣੇ ਕਿਤੇ ਸੌਖੇ ਨੇ, ਰੇਟ ਚੱਕਤਾ ਉਹਨਾਂ ਨੇ, ਮੈਂ ਤਾਂ ਕਹਿੰਦਾ ਰੇਟ ਚੱਕੋ ਹੋਰ, ਵਿਹਲੇ ਬੇਕਾਰ ਇਹਨਾਂ ਇਕੱਲਾ ਮੋਟਰਸਾਈਕਲ 'ਚ ਤੇਲ ਪਵਾ ਕੇ ਨਾ ਜਾਓ। ਇੱਕ ਪੱਤਰਕਾਰ ਨੇ ਪੋਸਟ ਲਿਖੀ ਸੀ, ਮੈਂ ਵੀ ਪੜ੍ਹੀ ਉਹਨਾਂ ਦੀ, ਉਹ ਕਹਿੰਦੇ ਕਿ 400 ਰੁਪਏ 'ਚ ਜਦੋਂ ਕਹਿੰਦੇ ਬਈ ਰੈਲੀ 'ਚ ਜਾਣ ਦਾ ਪ੍ਰੋਗਰਾਮ ਮਿਲਦਾ ਤੁਹਾਨੂੰ, ਅਤੇ ਨਰਿੰਦਰ ਮੋਦੀ ਵਾਲੀ ਰੈਲੀ 'ਚ ਲੈ ਕੇ ਗਿਆ 400-400 'ਚ, ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਉਹ ਰੋਣ ਡਿਆ ਸੀ, ਮਜ਼ਦੂਰ ਆਦਮੀ, ਕਹਿੰਦੇ ਫਿਰ ਕੀ ਮੱਥਾ ਮਾਰਨ ਦੀ ਲੋੜ ਆ, ਮੱਥਾ ਕਵਾਈ ਕਰਨ ਦੀ ਲੋੜ, ਆਹੀਂ ਚੱਲਣ ਦੇ 10 ਦਿਨ ਦਿਹਾੜੀਆਂ ਲਾਓ ਚੰਗੀ, ਉਹੀ ਗੱਲ ਫਿਰ ਉਹਨਾਂ ਨੇ ਤਾਂ ਦਿਹਾੜੀ ਕਰਨੀ, ਜਿੱਥੇ ਮਰਜ਼ੀ ਲੈ ਜਾਓ, ਵੋਟ ਅਗਲਾ ਆਪਦੀ ਮਰਜ਼ੀ ਨਾਲ ਪਾ ਦੇਗਾ, ਇੰਨਾ ਕੁਛ ਸਿਆਣਾ ਹੁੰਦਾ ਹੀ ਆ ਜੀ, ਤਾਂ ਕਹਿਣ ਦਾ ਮਤਲਬ ਇਹੋ ਆ ਕਿ ਤੇਲ ਤੂਲ ਵੀ ਪਾ ਦਿੰਦੇ ਆ, ਅਤੇ ਹੁਣ ਕਹਿੰਦੇ 500 ਕਰਤਾ ਇਹਨਾਂ ਨੇ ਵੀ ਬੰਦੇ ਲਿਆਓ, ਯਾਨੀ ਆਪਦਾ ਜਿਹੜਾ ਇਹਨਾਂ ਦਾ ਹੈਗਾ ਸੋਲ ਵੋਟਰ ਕਹਿ ਲਓ ਜਿਹੜਾ ਪੂਰਾ ਸਮਰਥਕ, ਉਹ ਕਹਿੰਦਾ ਕੌਣ ਖਲੋਵੇ 4 ਘੰਟੇ ਉੱਥੇ ਜਾ ਕੇ, ਬਈ ਕਈ ਵਾਰ ਉਹ ਕਰਦਾ ਨਾ ਨਾ ਨਹੀਂ, ਇਸ ਕਰਕੇ ਗਰਮੀ ਨੇ ਤਾਂ ਵਾਕਿਆ ਬੁੰਦਲਾ ਦਿੱਤਾ ਜੀ, ਬੜਾ ਹੀ ਬੁਰਾ ਹਾਲ ਆ, ਗਰਮੀ ਤੋਂ ਤਾਂ ਸਾਰੇ ਤਰ੍ਹਾਂ ਤਰ੍ਹਾਂ ਕਰਦੇ ਪਏ ਆ, ਪਰ ਜਿਵੇਂ ਮੀਂਹ ਪੈ ਗਿਆ ਅਸੀਂ ਭੁੱਲ ਜਾਣਾ, ਰੁੱਖ ਰੱਖ ਲਾ ਲਓ ਯਾਰ ਜੇ ਬਚਣਾ, ਜੇ ਮੈਂ ਤਾਂ ਵਾਰ ਵਾਰ ਕਹਿੰਦਾ ਜੀ ਜੀ ਜੀ। ਇਹਦੇ ਪਾਸੇ ਤੋਂ ਹਰਪ੍ਰੀਤ ਗਰੇਵਾਲ ਜੀ ਇਹ ਕਹਿੰਦੇ ਜੀ ਕਿ ਨਾਭੇ ਵੀ ਬਹੁਤ ਗਰਮੀ ਮਿਲਣ ਦਾ, ਤਾਂ ਹੀ ਦੇਵ ਮਾਨ ਦੀ ਮੈਂ ਕੋਈ ਵੀਡੀਓ ਵੂਡੀ ਨਹੀਂ ਦੇਖੀ, ਪਤਾ ਨਹੀਂ ਕਿੱਥੇ ਮਾਨ ਸਾਹਿਬ ਰੌਣਕ ਰੂਣਕ ਲੱਗੀ ਨਹੀਂ ਦਿਖਦੀ, ਪਰ ਨਾਲ ਹੀ ਇੱਕ ਵੀਰ ਦਾ ਹੋਰ ਕਮੈਂਟ ਆ ਗਿਆ, ਕਹਿੰਦੇ ਕਿ ਸਿੱਖਿਆ ਮਹਿਕਮੇ ਵਾਲੇ ਬੈਂਸ ਸਾਹਿਬ ਵੀ ਨਹੀਂ ਦਿਖਦੇ ਜੀ, ਕਹਿੰਦੇ ਕਿ ਭਾਈ ਹਰਜੋਤ ਸਿੰਘ ਬੈਂਸ ਸਾਹਿਬ ਵੀ ਕੀ ਪਤਾ ਗਰਮੀ ਗੁਰਮੀ ਕਰਕੇ ਇੱਕ ਵਾਰੀ ਥੋੜ੍ਹਾ ਟਾਲਾ ਵੱਟ ਗਿਆ ਹੁਣ, ਕਿ ਬਾਈ ਸ਼ਾਮ ਸਵੇਰੇ ਥੋੜ੍ਹਾ ਜਿਹਾ ਕਹੂ ਖਿੱਚੋ ਕੰਮ, ਬੈਂਸ ਦਾ ਗਾਣਾ ਵੀ ਨਹੀਂ ਆਇਆ, ਉਹ ਦੂਜਾ ਜਿਹੜਾ ਗਾਣੇ ਲਿਖਦਾ, ਨਾ ਹੀ ਇੱਧਰੋਂ ਬੈਂਸ ਆਏ ਆ, ਕਿੱਧਰ ਗਏ ਨੇ ਬੈਂਸ ਦਾ ਗਾਣਾ, ਤੂੰ ਗੱਲ ਇਹ ਆ ਵੀ ਹੁਣ ਪਤਾ ਨਹੀਂ ਲੁਧਿਆਣੇ ਵਾਲਾ ਬੈਂਸ ਹੀ ਚਾਹੂੰ ਕਿ ਬਾਕੀ ਬੈਂਸ, ਲੁਧਿਆਣੇ ਵਾਲਾ ਬੈਂਸ ਹੀ ਸੁਰਖੀਆਂ 'ਚ ਆਇਆ, ਬਾਕੀ ਬੈਂਸ 'ਤੇ ਜਿਹੜੇ ਆ
ਥੋੜ੍ਹੇ ਠੰਡੇ ਚੱਲ ਰਹੇ ਨੇ ਜੀ, ਹੋ ਸਕਦਾ ਜੀ ਆਪਦੇ ਹਲਕੇ 'ਚ ਕੋਈ ਕਰ ਰਹੇ ਹੋਣ। ਹਾਂ ਇਹ ਵੀ ਹੋ ਸਕਦਾ ਜੀ 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 ਇੱਧਰੋਂ ਮਿੰਟੂ ਜੀ ਰੌਲਾ ਆ ਨਾ, ਉਹਨਾਂ ਦੇ ਹਲਕੇ 'ਚ ਵੀਡੀਓ ਦੂਜੀਆਂ ਆ ਜਾਂਦੀਆਂ ਨੇ। ਉਹ ਕੱਲ੍ਹ ਬਰਿੰਦਰ ਢਿੱਲੋ ਕੱਢੀ ਬੈਠਾ ਸੀਗਾ, ਪਤਾ ਨਹੀਂ 2-2:30 ਵਜੇ ਉਹ ਕਿੱਧਰੋਂ ਆਉਂਦਾ ਪਿਆ ਸੀਗਾ, ਢਾਬੇ ਢੂਬੇ ਤੋਂ ਰੋਟੀ ਖਾ ਕੇ ਆਇਆ ਕਿ ਪਤਾ ਨਹੀਂ ਕਿੱਧਰੋਂ ਪ੍ਰਚਾਰ ਪ੍ਰਚੂਰ ਤੋਂ ਆਇਆ, ਉਹ ਲਾਈਵ ਹੋ ਗਿਆ ਉੱਥੇ। ਰੱਬ ਕਰੇ ਛੇਤੀ ਛੇਤੀ ਵੋਟਾਂ ਪਵਾਓ ਮਿੰਟੂ ਜੀ, ਆ ਵੀਡੀਓ ਵਾਲਾ ਕੰਮ ਤਾਂ ਬੜਾ। ਹਾਂਜੀ ਈਡੀ ਨੇ ਰੇਡ ਮਾਰੀ ਆ ਅੱਜ ਰੂਪਨਗਰ ਦੇ ਵਿੱਚ, ਰੇਡ ਵੱਜ ਰਹੀ ਹੈ ਨੰਗਲ 'ਚ, ਹੁਸ਼ਿਆਰਪੁਰ 'ਚ ਰੇਡ ਮਾਰ ਰਹੀ ਹੈ ਜੀ ਈਡੀ। ਕਹਿੰਦੇ ਜਾਤਾ ਕਹਾਂ ਹੈ ਸੋਨਿਆ, ਮਾਈਨਿੰਗ ਚੱਲ ਰਹੀ ਹੈ, ਮਾਈਨਿੰਗ ਉਹ ਕਹਿੰਦੇ ਮਾਈਨਿੰਗ ਚੱਲ ਰਹੀ ਹੈ ਤਾਂ ਫਿਰ ਇੱਥੇ ਤਲਾਸ਼ੀ ਚੱਲ ਰਹੀ ਹੈ, 3 ਕਰੋੜ 1 ਦੇ ਘਰੋਂ ਨਿਕਲ ਵੀ ਆਇਆ। ਉਹੀ ਬਾਬਾ ਇੱਤਾ ਪੈਸਾ ਜੀ 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 ਕਹਿੰਦੇ ਜੀ ਏ ਸੀ ਨਹੀਂ ਲੱਗਿਆ ਹੋਇਆ ਦੇਵਮਾਨ ਦੇ ਸਾਈਕਲ ਦੇ ਉੱਤੇ ਜੀ, ਕਰਮ ਸਿੰਘ ਕਹਿੰਦੇ ਪਏ ਆ ਜੀ, ਤਾਂ ਇਸ ਕਰਕੇ ਆ। ਚਲੋ ਕੋਈ ਗੱਲ ਨਹੀਂ ਬਾਈ, ਫਿਰ ਹੁਣ ਤਾਂ ਦਿਨ ਵੀ ਚੰਦ ਹੀ ਰਹਿ ਗਏ ਆ, ਕੱਲ੍ਹ ਦਾ ਦਿਨ ਹੀ ਹੈ, ਕੱਲ੍ਹ ਸ਼ਾਮ ਤੱਕ ਹੀ ਇਲੈਕਸ਼ਨ ਲਈ ਪ੍ਰਚਾਰ ਕਰਨਾ। ਚਲੋ ਇੱਕ ਹੋਰ ਮੈਂ ਗੱਲ ਕਰ ਦੇਵਾਂ ਜੀ, ਕਰ ਦਿਓ। ਮੈਨੂੰ ਕੱਲ੍ਹ ਇੱਥੋਂ ਅਬੋਹਰ ਦੇ ਇੱਕ ਪਿੰਡ ਦਾ ਆਇਆ ਮੈਸੇਜ, ਚਲੋ ਭੁੱਲ ਨਾ ਜਾਈਏ, ਮੈਂ ਕਿਹਾ ਗੱਲ ਕਰ ਹੀ ਦੇਵਾਂ ਜੀ। PAU ਦੇ ਵਿੱਚ ਕਿਤੇ ਮੁੰਡਾ ਪੜ੍ਹਦਾ ਸੀ, ਉਹਦਾ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ। ਅੱਛਾ ਜੀ। ਬੁਲਟ ਮੋਟਰਸਾਈਕਲ ਜਿਸ ਵੇਲੇ ਚੋਰੀ ਹੋ ਗਿਆ ਤਾਂ ਉਹ ਦੱਸਦੇ ਆ ਕਿ 4-5 ਦਿਨ ਤਾਂ ਪੁਲਿਸ ਨੇ ਹੀ FIR ਨਹੀਂ ਕੱਟੀ। ਹੁਣ FIR ਕੱਟੀ ਹੈ ਅਤੇ ਜੋ ਸਿਕਿਉਰਿਟੀ ਵਾਲੇ ਆ ਉੱਥੇ ਭਾਈ ਸਾਹਿਬ ਬੈਠੇ, ਨੰਬਰ ਵੀ ਉਹਨਾਂ ਨੇ ਭੇਜਿਆ ਸੀ, ਮੇਰੇ ਕੋਲ ਟਾਈਮ ਨਹੀਂ, ਮੈਨੂੰ ਯਾਦ ਵੀ ਨਹੀਂ ਰਿਹਾ, ਨਹੀਂ ਤਾਂ ਆਪਾਂ ਗੱਲ ਵੀ ਕਰਦੇ। ਉਹ ਕਹਿੰਦੇ ਜੇ ਉਹਨਾਂ ਕੋਲ ਗਏ ਹਾਂ ਕਿ ਪ੍ਰਾਈਵੇਟ ਸਿਕਿਉਰਿਟੀ ਲਾਈ ਹੈ, ਕੋਈ ਜਿੰਮਾ ਕੋਈ ਜਾਮ ਨਹੀਂ, ਉਹ ਕਹਿੰਦੇ ਵੀ ਤੂੰ ਬਈ ਅਸੀਂ ਜ਼ਿੰਮੇਵਾਰ ਨਹੀਂ ਹੈ, ਬਾਹਲੀ ਗੱਲ ਹੈ ਤਾਂ ਤੁਸੀਂ ਆਪਦੀ ਸਿਕਿਉਰਿਟੀ ਇੱਥੇ ਲਾ ਲਓ ਮੋਟਰਸਾਈਕਲ 'ਤੇ ਲਓ। ਇਹ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਗਏ ਨੇ, ਕਿਸ ਤਰ੍ਹਾਂ ਦਾ ਪ੍ਰਸ਼ਾਸਨ ਆ। ਆਹ ਗੱਲ ਉਹਨਾਂ ਨੇ ਮੈਨੂੰ ਮੈਸੇਜ ਦੇ ਵਿੱਚ ਭੇਜੀ ਹੈ ਕਿ ਉਹ ਕਹਿੰਦੇ ਵੀ ਆਪਦਾ ਤੁਸੀਂ ਬੁਲਟ ਦੇ ਕੋਲ ਇੱਥੇ ਗਨਮੈਨ ਖਿਲਾਰ ਲਓ, ਅਸੀਂ ਕਰੀਏ। ਆਹ ਤਾਂ ਹਾਲ ਬਣਿਆ, ਮੈਂ ਕਿਹਾ ਭਰਾਵਾ ਬਹਿ ਜਾਓ ਚੁੱਪ ਕਰਕੇ, ਬੁਲਟ ਬਲਟ ਭੱਜੇ, ਸਪਲੈਂਡਰ ਸਪਲੂੰਡਰ ਭੱਜੇ, ਕੁਦਰਤੀ ਭਾਵੇਂ ਕਾ ਗਾਂ ਕਿਤੇ ਫੜੇ ਜਾਣ ਕਿਸੇ ਮਾਮਲੇ 'ਚ ਅਤੇ ਉਹ ਸਾਰੇ ਰਿਕਵਰ ਹੋ ਜਾਣ, ਅਦਰਵਾਈਜ਼ ਇੱਥੇ ਹੁਣ ਇਹ ਕੰਮ ਚੱਲਦਾ, ਕਾਲੇ ਜਿਹੜੇ ਹੁੰਦੇ ਸਪਲੈਂਡਰ ਸਪਲੂੰਡਰ ਇਹ ਤਾਂ ਇੱਕ ਮਿੰਟ 'ਚ ਚੱਕ ਲੈਂਦੇ ਨੇ, ਇਹ ਨਾ ਆਉਂਦੇ ਤਾਂ ਕੋਈ। ਅੱਜ ਕੱਲ੍ਹ ਮੈਂ ਦੇਖਿਆ ਹੋਰ ਜਿਹੜੇ ਮੁੰਡੇ ਵਿਚਾਰੇ ਰੈਗੂਲਰ ਫੀਲਡ ਦੇ ਵਿੱਚ ਕੰਮ ਕਰਦੇ, ਉਹਨਾਂ ਨੇ ਐਡੀਆਂ 2 ਬਰਛੀਆਂ ਜੀਆਂ ਰੱਖੀਆਂ, ਉਹਨਾਂ ਦੇ ਵਿੱਚ ਐਡਾ ਜਿੰਦਰਾ ਫਸਾ ਕੇ ਉਹ ਫਿਰ ਵਿਚਾਰੇ ਭਾਵੇਂ ਪਾਣੀ ਪੀਣੀ ਜਾਣ, ਉਹ ਕਹਿੰਦੇ ਭਾਊ ਪਤਾ ਹੀ ਨਹੀਂ ਇੱਧਰੋਂ ਕੰਡ ਕਰੀ ਦੀ, ਅਗਲਾ ਕੰਡ ਕਰ ਜਾਂਦਾ, ਅਸੀਂ ਇੱਧਰ ਕੰਡ ਕਰਦੇ ਉਹ ਕੰਡ ਕਰ ਜਾਂਦਾ, ਲਓ ਕਰ ਲਓ ਗੱਲ, ਵਸਾ ਨਹੀਂ ਖਾਣਾ ਕਹਿੰਦੇ ਕਿਹਾ ਜੀ, ਬੜੇ ਬੜੇ ਮੁਸ਼ਕਲ 'ਚ ਫਸੇ, ਕੀ ਕਰੀਏ। ਅਤੇ ਗੱਲਬਾਤ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਤੁਰ ਗਏ ਜੀ, ਵੈਸੇ ਗਰਮੀ ਬਹੁਤ ਆ ਗਈ, ਕਹਿੰਦੇ ਸਿਆਸਤਦਾਨ ਵੀ ਮੁੜਕੋ ਮੁੜਕੀ ਕੀਤੇ ਪਏ ਗਰਮੀ ਨੇ ਮਿੰਟੂ ਜੀ, ਤੁਹਾਨੂੰ ਇਕੱਲਿਆਂ ਨੂੰ ਨਹੀਂ ਲੱਗੀ, ਸਿਆਸਤਦਾਨ ਵੀ ਕੋਈ ਗੋਲ ਗੱਪੇ ਖਾਂਦਾ ਫਿਰਦਾ, ਕੋਈ ਕਹਿ ਲਓ ਕਿ ਸ਼ਿਕੰਜੀ ਵਾਲੇ ਉਹਦੇ 'ਤੇ ਖੋਖੇ 'ਤੇ ਖੜਾ ਕਿਤੇ ਵੀ ਯਾਰ ਪਿਆਜ਼। ਇੱਕ ਦਿਨ ਤਾਂ ਭਗਵੰਤ ਮਾਨ ਵੀ ਗੰਨੇ ਦਾ ਰਸ ਪੀਣ ਡਏ ਸੀਗੇ, ਮੈਂ ਕਿਹਾ ਲੱਗ ਹੀ ਗਰਮੀ ਇਹਨਾਂ ਨੂੰ, ਬੁਰੇ ਹਾਲ ਬੌਂਕੇ ਦਿਹਾੜੇ ਨੇ ਜੀ ਸਭ, ਇਹੋ ਜਿਹੇ ਕੰਮ 'ਚ ਇਹ ਆ ਕਿ ਇੱਕ ਤਾਂ ਵੋਟਾਂ ਮੰਗਣੀਆਂ ਜੀ, ਅਤੇ ਉੱਤੋਂ ਨੀਂਦ ਚੱਜ ਨਾਲ ਨਹੀਂ ਆਉਂਦੀ, ਤੀਜਾ ਇਹ ਆ ਕਿ ਲੋਕ ਕੰਨਾਂ 'ਚ ਕੁਝ ਨਾ ਕੁਝ ਕਹਿ ਦਿੰਦੇ, ਊਂ ਹੀ ਗਰਮੀ ਜ਼ਿਆਦਾ ਚੜ੍ਹ ਜਾਂਦੀ ਆ। ਆ ਹੋ ਗਿਆ ਇੱਕ ਵਾਰ ਲੀਡਰ ਹੋਰ ਸੁਣਿਆ, ਉਹ ਕਹਿੰਦਾ ਜੀ ਕੀ ਕਰਿਆ, ਕਹਿੰਦਾ ਭੁੱਖ ਹੀ ਨਹੀਂ ਲੱਗਦੀ, ਲੋਕ ਚਾਹ ਪਿਆ ਪਿਆ ਕੀ ਕਹਿੰਦੇ ਦੱਬ ਦਿੰਦੇ ਕਿ ਲੀਡਰ ਚਾਹ ਚਾਹ ਪਿਆ, ਚਾਹ ਚਾਹ ਹੀ ਕਰੀ ਜਾਂਦੇ ਆ, ਚਾਹ ਪੀ ਪੀ ਕੇ ਲੀਡਰ ਆਫਰ ਜਾਂਦੇ ਆ। ਅੱਛਾ ਦੂਜਾ ਹੈ ਕਿ ਕੁਝ ਲੀਡਰਾਂ ਨੂੰ ਗਰਮੀ ਇਸ ਗੱਲੋਂ ਪੈਣ ਡਈ ਆ, ਭਗਵੰਤ ਮਾਨ ਕੂਣੀ ਮਾਰ ਕੇ ਉਹ ਜਿਹੜਾ ਉਹ ਰੱਥ ਜਿਹਾ ਬਣਾਇਆ ਇਹਨਾਂ ਨੇ ਗੱਡੀ ਦਾ, ਉਹਦੇ 'ਚੋਂ ਥੱਲੇ ਤਾਰ ਦਿੰਦਾ, ਉਹ ਇੱਕ MLA ਨੂੰ ਤਾਰਤਾ, ਇੱਕ ਹੈਗਾ ਕੌਣ ਕੌਣੀ ਸਾਹਿਬ ਕਿੱਥੋਂ ਦੇ ਆ, ਸ਼ਰਮਾ ਜੀ, ਸ਼ਰਮਾ ਜੀ, ਪ੍ਰਿਤਪਾਲ ਸ਼ਰਮਾ, ਗਿੱਦੜਵਾਲਾ ਕਰਨ ਡਏ, ਉਹ ਦੇਖਿਆ ਤੁਸੀਂ ਕਿਵੇਂ ਘੂਰੀ ਵੱਟਦੇ ਆ, ਘੋਰੀ ਕਿ ਉਹਦੇ ਵੱਖੀ 'ਚ ਹੁਰਾ ਮਾਰਿਆ, ਮੈਨੂੰ ਲੱਗਦਾ ਵੱਖੀ 'ਚ ਸੁਰਾਖ ਨਾ ਕੱਢਤਾ ਹੋਵੇ ਜਿੱਡੀ ਤੇਜ਼ੀ ਨਾਲ ਮਾਰਿਆ, ਹੱਡ 'ਤੇ ਤਾਂ ਹੈਗੇ ਨੇ ਭਗਵੰਤ ਮਾਨ, ਕਿਹੜਾ ਸੋਮੋ ਭਲਵਾਨ ਨੇ, ਮਾਰਿਆ ਜ਼ੋਰ ਪਾਸੇ ਹੋ ਜਾ।
ਇੱਕ ਨੂੰ ਲਾ ਦੇ ਸਿਕਿਉਰਿਟੀ ਤੋਂ ਲਈ ਹੋਊਗੀ ਮਾਨ ਸਾਹਿਬ ਨੇ ਉਹ ਵੀ ਹਾਂ ਵੀ ਮੜਾ ਮੈਨੂੰ ਸਹੀ ਮਾਰ ਦਿੱਤੇ ਜਿਵੇਂ ਪੱਤਰਕਾਰਾਂ ਦੇ ਨਹੀਂ ਮਾਰ ਦਿੰਦੇ ਸੀਗੇ ਉਹ ਖੜੇ ਐ ਹੋ ਜਮਾ ਦੇ ਆਪਾਂ ਮੁੱਖ ਮੰਤਰੀ ਵੇਲੇ ਉਹ ਤਾਂ ਸਰਕਾਰ ਉਹਦੋਂ ਵੀਡੀਓ ਨਹੀਂ ਸੀ ਨਾ ਬਣਦੀਆਂ ਹੁੰਦੀਆਂ ਉਹਨਾਂ ਨੇ ਐ ਮਾਰਨਾ ਜ਼ੋਰ ਦੀ ਬੰਦੇ ਤੇ ਤਰਾਹ ਕੱਢ ਦਿੰਦੇ ਸੀ ਵੀ ਮੈਂ ਉਹਨਾਂ ਨੂੰ ਪਤਾ ਵੀ ਹੁੰਦਾ ਸੀ ਵੀ ਆ ਕੱਬਾ ਆ ਸਵਾਲ ਪੁੱਛੂ ਮਾੜਾ ਜਿਹਾ ਇਹਨੂੰ ਕਰੋ ਪਿੱਛੇ ਹਾਂਜੀ ਉਹ ਫਿਰ ਐਂ ਅਰਕ ਮਾਰਦੇ